ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਦੇ ਮੁਤਾਬਕ ਸਾਡੇ ਬਹੁਤ ਹੀ ਸਤਿਕਾਰਯੋਗ ਜੰਗਵੀਰ ਸਿੰਘ ਜੀ ਚੌਹਾਨ ਪ੍ਰਧਾਨ ਦੁਆਬਾ ਕਿਸਾਨ ਕਮੇਟੀ ਪੰਜਾਬ ਜੋ ਬਹੁਤ ਵੱਡਾ ਜਥਾ ਲੈ ਕੇ ਅੱਜ ਸਿੰਘੂ ਬਾਰਡਰ ਤੇ ਪਹੁੰਚਣ ਵਾਸਤੇ ਆਏ ਨੇ ਔਰ ਉਹਨਾਂ ਨੂੰ ਅੱਗੋਂ ਲੈਣ ਵਾਸਤੇ ਦਾਸ ਬਲਵੰਤ ਸਿੰਘ ਬਹਿਰਾਮ ਕੇ ਔਰ ਸਤਨਾਮ ਸਿੰਘ ਜੀ ਬਹਿਰੂ ਜੋ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਾਹਿਬਾਨ ਨੇ ਅਸੀਂ ਇਹਨਾਂ ਨੂੰ ਇੱਥੇ ਜੀਆਂ ਕਹਿਣ ਵਾਸਤੇ ਪਹੁੰਚੇ ਹਾਂ ਔਰ ਬਹੁਤ ਵੱਡੇ ਜਥੇ ਇਸੇ ਤਰ੍ਹਾਂ 28, 29, 30 ਮਈ ਉਸ ਤੋਂ ਬਾਅਦ 1 ਜੂਨ ਤੋਂ ਲੈ ਕੇ 10 ਜੂਨ ਤੱਕ ਮਾਲਵਾ ਮਾਝਾ ਦੁਆਬਾ ਇਹਨਾਂ ਸਾਰੀਆਂ ਜਗ੍ਹਾ ਤੋਂ ਉੱਪਰ ਧਰਤੀ ਤੋਂ ਬਹੁਤ ਵੱਡੇ ਜਥੇ ਇੱਥੇ ਪਹੁੰਚ ਰਹੇ ਨੇ ਕਿਉਂਕਿ ਮੋਦੀ ਦੀ ਹੈਂਕੜਬਾਜ਼ ਅਤੇ ਤਾਨਾਸ਼ਾਹੀ ਸਰਕਾਰ ਦੇ ਜੋ ਇਹਨਾਂ ਨੇ ਕਾਲੇ ਕਾਨੂੰਨ ਬਣਾਏ ਹੋਏ ਨੇ ਰੱਦ ਨਹੀਂ ਕਰ ਰਿਹਾ ਉਹਨਾਂ ਦੇ ਉੱਪਰ ਪ੍ਰੈਸ਼ਰ ਬਣਾਉਣ ਲਈ ਔਰ ਜੋ ਸਾਡਾ ਕਿਸਾਨ ਆਗੂਆਂ ਦਾ ਮੋਦੀ ਸਰਕਾਰ ਦੇ ਨਾਲ ਡੈਡਲੌਕ ਹੋਇਆ ਉਹਨੂੰ ਤੋੜਨ ਵਾਸਤੇ ਇਹ ਬਹੁਤ ਵੱਡੇ ਜਥੇ ਪੰਜਾਬ ਦੇ ਵਿੱਚੋਂ ਅਸੀਂ ਲੈ ਕੇ ਇੱਥੇ ਪਹੁੰਚ ਰਹੇ ਹਾਂ ਔਰ ਇਸੇ ਹੀ ਸ਼ਰਤ ਦੇ ਉੱਪਰ ਅੱਜ ਸਾਡੇ ਕੋਲ ਸਰਦਾਰ ਜੰਗਵੀਰ ਸਿੰਘ ਜੀ ਚੌਹਾਨ ਪ੍ਰਧਾਨ ਸਭਾਨ ਜੋ ਦੁਆਬੇ ਦੀ ਧਰਤੀ ਤੋਂ ਸਾਡੀਆਂ ਮਾਤਾਵਾਂ ਅਤੇ ਭੈਣਾਂ ਅਤੇ ਬੱਚੇ ਨੌਜਵਾਨ ਵੀਰ ਅਤੇ ਬਜ਼ੁਰਗ ਇੱਥੇ ਪਹੁੰਚੇ ਨੇ ਅਸੀਂ ਉਹਨਾਂ ਨੂੰ ਇੱਥੇ ਆਉਣ 'ਤੇ ਜੀਆ ਕਹਿੰਦੇ ਹਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਸਤਨਾਮ ਸਿੰਘ ਜੀ ਬਹਿਰੂ ਬਲਵੰਤ ਸਿੰਘ ਜੀ ਬਹਿਰਾਮ ਕੇ ਸਾਡੇ ਵੱਡੇ ਜਥਿਆਂ ਨੂੰ ਇੱਥੇ ਦਿੱਲੀ ਮੋਰਚੇ 'ਤੇ ਬੈਠ ਕੇ ਇਹਨਾਂ ਨੂੰ ਜੀਆਂ ਕਹਿ ਰਹੇ ਆ ਅਤੇ ਇਸ ਅੰਦੋਲਨ ਦੇ ਵਿੱਚ ਇਹਨੂੰ ਚੜ੍ਹਦੀ ਕਲਾ ਵੱਲ ਲਿਜਾਣ ਵਾਸਤੇ ਜਿਹੜਾ ਆ ਇਹ ਉਪਰਾਲਾ ਹੋ ਰਿਹਾ ਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਅਸੀਂ ਦੁਆਬੇ ਤੋਂ ਟਾਂਡਾ ਟੋਲ ਪਲਾਜ਼ਾ ਚਲਾਂਗ ਤੋਂ ਇੱਕ ਵੱਡਾ ਜਥਾ ਲੈ ਕੇ ਦੁਆਬਾ ਕਿਸਾਨ ਕਮੇਟੀ ਪੰਜਾਬ ਦੀ ਅਗਵਾਈ ਦੇ ਵਿੱਚ ਇੱਥੇ ਅੱਜ ਸਿੰਘੂ ਮੋਰਚੇ 'ਤੇ ਪਹੁੰਚੇ ਹਾਂ। ਪਹਿਲਾਂ ਤਾਂ ਮੈਂ ਜਿੰਨੇ ਵੀ ਸਾਡੇ ਵੀਰ ਭੈਣਾਂ ਆਏ ਆ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਮੋਰਚਾ ਲੱਗਿਆ ਹੋਇਆ ਨੂੰ 6 ਮਹੀਨੇ ਹੋ ਗਏ ਆ। 26 ਮਈ ਨੂੰ 6 ਮਹੀਨੇ ਪੂਰੇ ਹੋਣ 'ਤੇ ਇਸ ਗੰਦੀ ਸਰਕਾਰ ਦੀਆਂ ਕਾਲੀਆਂ ਨੀਤੀਆਂ ਦੇ ਖਿਲਾਫ ਗਲੀ ਗਲੀ ਪਿੰਡ ਪਿੰਡ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਪੁਤਲੇ ਫੂਕੇ ਗਏ ਸੀ, ਟਰਾਂਸਪੋਰਟਾਂ ਦੇ ਉੱਪਰ ਝੰਡੇ ਲਗਾਏ ਗਏ ਸੀ, ਕੋਠੀਆਂ ਦੇ ਉੱਪਰ ਝੰਡੇ ਲਗਾਏ ਗਏ ਸੀ ਅਤੇ ਵੱਖ ਵੱਖ ਥਾਵਾਂ 'ਤੇ ਇਹਨਾਂ ਦਾ ਰੋਸ ਮੁਜ਼ਾਹਰਾ ਕੀਤਾ ਗਿਆ ਸੀ। ਪੂਰੇ ਦੇਸ਼ ਦੇ ਵਿੱਚ ਇਹਨਾਂ ਦਾ ਵਿਰੋਧ ਹੋਇਆ ਔਰ ਅੱਜ ਵੱਡੇ ਜਥੇ ਜਿਹੜੇ ਆ ਦੁਆਬੇ ਤੋਂ ਆ ਰਹੇ ਆ। ਇਹ ਜਥਿਆਂ ਦਾ ਇਹ ਕਾਰਨ ਆ ਕਿ ਸੰਯੁਕਤ ਕਿਸਾਨ ਮੋਰਚੇ ਦਾ ਜਿੱਥੇ ਅੰਦੋਲਨ ਚੱਲ ਰਿਹਾ ਆ ਇਹਨੂੰ ਕਾਮਯਾਬ ਕਰਨ ਵਾਸਤੇ ਇਸ ਮੋਦੀ ਦੀ ਧੌਣ 'ਤੇ ਗੋਡਾ ਰੱਖ ਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਇਹ ਜਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੇ ਆ ਤਾਂ ਜੋ ਜਿਹੜੇ ਕਾਲੇ ਕਾਨੂੰਨ ਰੱਦ ਇਹਨਾਂ ਨੇ ਲਾਗੂ ਕੀਤੇ ਆ ਉਹਨੂੰ ਰੱਦ ਕਰਾਇਆ ਜਾ ਸਕੇ। ਆਉਣ ਵਾਲੇ ਦਿਨਾਂ ਦੇ ਵਿੱਚ ਦੁਆਬੇ ਮਾਝੇ ਅਤੇ ਮਾਲਵੇ ਦੀ ਧਰਤੀ ਤੋਂ ਬਹੁਤ ਵੱਡੇ ਵੱਡੇ ਜਥੇ ਇਸੇ ਤਰ੍ਹਾਂ ਇੱਥੇ ਆਉਣਗੇ ਅਤੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਾ ਕੇ ਵਾਪਸ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ ਇੱਕ ਬੀਬੀਆਂ ਦਾ ਵੀ ਕਰ ਲਓ ਗੱਲ, ਤੁਸੀਂ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਦਿੱਲੀ ਵਿਖੇ ਸੰਯੁਕਤ ਕਿਸਾਨ ਮੋਰਚੇ 'ਚ ਦੁਆਬਾ ਦੀ ਧਰਤੀ ਤੋਂ ਆਏ ਹਾਂ ਅਤੇ ਅਸੀਂ ਆਪਣੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹ ਸਾਨੂੰ ਜੀ ਆਇਆਂ ਕਹਿਣ ਆਏ। ਅਸੀਂ ਇੱਥੇ ਸਰਕਾਰ ਵੱਲੋਂ ਨਾ ਰੱਦ ਕੀਤੇ ਜਾਣ ਵਾਲੇ ਕਾਲੇ ਕਾਨੂੰਨਾਂ ਦੇ ਖਿਲਾਫ ਆਪਣੇ ਕਿਸਾਨ ਵੀਰਾਂ ਦਾ ਸਾਥ ਦੇਣ ਲਈ ਆਏ ਹਾਂ। ਅਸੀਂ ਆਸ਼ਾ ਕਰਦੇ ਹਾਂ ਕਿ ਸਰਕਾਰ ਇਹ ਤਿੰਨੋਂ ਕਾਲੇ ਕਾਨੂੰਨਾਂ ਨੂੰ ਰੱਦ ਕਰੇਗੀ ਅਤੇ ਕਿਸਾਨਾਂ ਨੂੰ ਉਹਨਾਂ ਦੀਆਂ ਆਸ਼ਾਵਾਂ 'ਤੇ ਪੂਰਾ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਸਾਡੇ ਜੱਗ ਲੀਡਰ ਜਗਵੀਰ ਸਿੰਘ ਜੋ 6 ਮਹੀਨੇ ਤੋਂ ਇਹ ਕੋਈ ਪਹਿਲਾ ਜਥਾ ਲੈ ਕੇ ਨਹੀਂ ਆਇਆ। ਮੇਰਾ ਖਿਆਲ ਹੈ 2 ਦਰਜਨ ਤੋਂ ਵੱਧ ਜਥੇ ਇਸ ਲੀਡਰ ਦੀ ਅਗਵਾਈ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਪਲੇਟਫਾਰਮ 'ਤੇ ਆ ਚੁੱਕੇ ਨੇ ਅਤੇ ਅੱਜ ਜਿਹੜਾ ਜਥਾ ਲੈ ਕੇ ਆਏ ਨੇ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਮਾਤਾਵਾਂ ਬੱਚਿਆਂ ਨੌਜਵਾਨਾਂ ਸਾਰੇ ਵਰਕਰਾਂ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਲਵੰਤ ਸਿੰਘ ਬ੍ਰਹਮ ਕੇ ਅਤੇ ਦਾਸ ਦੀ ਡਿਊਟੀ ਲੱਗੀ ਸੀ
क्योंकि अड्ड अड्ड साड़िया जिम्मेवारियां ने, बहुत सारे लीडर होर अपनी जिम्मेवारियां निभा रहे ने। साड़ी ड्यूटी लगी थी जिवें हुण तो कुछ मिनट पहलों दुआबे का एक होर वड्डा जथा आया, सिर्फ 5-7 मिनट का ही फर्क पिया है। उन्होंने जी आया कहा, सन्मान दिता तो अगे छड़ के हुण तुहानूं असीं सन्मान ते जी आया कह आए हाँ। ये स्पीचा करन दा टाइम नहीं, स्पीचा आपां कल करांगे, कल स्टेज लगेगी, सारा संयुक्त किसान मोर्चे की रणनीति असीं तुहाडे विच रखांगे। अज तुहानूं पता है हुणे हुणे आपां काला दिन 26 तरीक नूं मना के आए हाँ, और प्रधानमंत्री का पुतला पूरे देश दीआं गलियां पिंडां शहरां कस्बिआं विच फूकिआ है। ये काला दिन एक दिन का नहीं, सदा सदा लई देश दे प्रधानमंत्री अते उहदी जुंडली बीजेपी आरएस दा ऐसा तुसीं मूँह काला कीता जिहड़ा पक्का काला हो गया। ये छेती छेती पक्का रंग लैण वाला नहीं। मैं स्पीच नहीं करनी, सिर्फ जी आया क्या है। इस किसान मोर्चे दीआं मल्लां अज दुनिया दे विच गूंजा पै रहीआं ने, और इस मोर्चे ने ऐसा सवाए माण किसानां दा उच्चा लैके जाणा है। ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਬਾਰੇ ਅਸੀਂ ਨਹੀਂ ਬੋਲਣਾ, ਕੱਲ੍ਹ ਬੋਲਾਂਗੇ। ਵੈਸੇ ਤੁਹਾਨੂੰ 6 ਮਹੀਨੇ ਦਾ ਪਤਾ ਲੱਗ ਗਿਆ ਤੁਹਾਡਾ ਨਿਸ਼ਾਨਾ ਕੀ ਹੈ। ਸੋ ਅਸੀਂ ਜਿੱਥੇ ਤੁਹਾਨੂੰ ਜੀ ਆਇਆ ਕਹਿਣ ਆਇਆ, ਜੀ ਆਇਆ ਸਨਮਾਨ ਦੇਣ ਆਇਆ, ਉੱਥੇ ਸਾਨੂੰ ਬਹੁਤ ਵੱਡਾ ਮਾਣ ਹੈ। ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਬਹੁਤ ਸਾਰੇ ਲੀਡਰ ਮੇਰੀ ਉਮਰ ਤੋਂ ਨੇੜੇ ਲੱਗੇ ਹੋਏ ਨੇ। ਸਾਨੂੰ ਅੱਜ ਇਸ ਅੰਦੋਲਨ ਦੀ ਇਹ ਵੱਡਾ ਮਾਣ ਜਾਂਦਾ ਹੈ। ਸਾਡੀ ਵਿਚਾਰਧਾਰਾ ਮੁਤਾਬਕ ਅਸੀਂ ਦਬਾਬੇ ਤੋਂ ਜੰਗ ਲੀਡਰ ਪੈਦਾ ਕੀਤੇ ਇਸ ਕਿਸਾਨ ਅੰਦੋਲਨ ਨੇ। ਇਸ ਜੰਗ ਲੀਡਰਾਂ ਨੇ ਆਉਣ ਵਾਲਾ ਭਵਿੱਖ ਸਾਡੇ ਬੱਚਿਆਂ ਦਾ, ਕਿਸਾਨਾਂ ਦਾ ਤੈਅ ਕਰਨਾ ਹੈ, ਔਰ ਆਰਥਿਕ ਆਜ਼ਾਦੀ ਇਹਨਾਂ ਕਾਲੇ ਕਾਨੂੰਨਾਂ ਨੂੰ ਖਤਮ ਕਰਾਉਣ ਤੋਂ ਬਾਅਦ ਵੱਡਾ ਇੱਕ ਅੰਦੋਲਨ ਅਸੀਂ ਫਿਰ ਸ਼ੁਰੂ ਕਰਨਾ, ਜਿਹਦੇ ਵਿੱਚ ਆਰਥਿਕ ਆਜ਼ਾਦੀ, ਆਰਥਿਕ ਇਨਸਾਫ ਲੈ ਕੇ ਅਸੀਂ ਦੇਣਾ ਹੈ। ਸੋ ਅਸੀਂ ਜੀ ਆਇਆ ਕਹਿ ਕੇ ਹੀ ਤੁਹਾਡਾ ਸਨਮਾਨ ਕਰਨਾ ਚਾਹੁੰਦੇ ਹਾਂ। ਮੈਂ ਬਲਵੰਤ ਸਿੰਘ ਨੂੰ ਬੇਨਤੀ ਕਰਾਂਗਾ, ਸਾਡੇ ਜੰਗ ਲੀਡਰ ਜਗਵੀਰ ਸਿੰਘ ਚੌਹਾਨ ਨੂੰ ਸਰੋਪਾ, ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਾਜਵਾ ਸਾਹਿਬ ਆ ਜਾਏ ਅੱਗੇ। ਅੱਛਾ ਬਾਜਵਾ ਸਾਹਿਬ ਕਿੱਥੇ ਨੇ ਜੀ? ਆਓ ਬਾਜਵਾ ਸਾਹਿਬ ਆ ਜਾਓ, ਇਹ ਸੰਗਤ ਦਾ ਹੀ ਹੈ। ਸੰਸਥਾ ਦੇ ਪ੍ਰਧਾਨ ਨੇ ਤੁਹਾਡੀ ਅਗਵਾਈ ਕਰ ਰਹੇ ਨੇ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕੋਈ ਸ਼ਬਦ ਤੁਹਾਡੀ ਸ਼ਾਨ, ਤੁਹਾਡੀ ਇੱਜ਼ਤ ਤੇ ਸਨਮਾਨ ਵਿੱਚ ਬੋਲਣ।